ਕੀ ਪਤਾ ਪਹਿਲਾਂ ਡਾਕਟਰਾਂ ਨੂੰ ਲੱਗਦਾ ਹੈ। ਇਸੇ ਤਰੀਕੇ ਨਾਲ ਸਟੱਡੀ ਵੀਜ਼ਾ ਦੇ ਵਿੱਚ ਜਦੋਂ ਕਿਸੇ ਦਾ ਰਿਫਿਊਜ਼ਲ ਆਉਂਦਾ ਹੈ ਜਾਂ ਹਾਲਾਤ ਦੀ ਜਾਣਕਾਰੀ ਜ਼ਿਆਦਾਤਰ ਇੱਕ ਏਜੰਟ ਨੂੰ ਹੁੰਦੀ ਹੈ ਜਿਨ੍ਹਾਂ ਦਾ ਕੰਮ ਰੋਜ਼ ਐਪਲੀਕੇਸ਼ਨਾਂ ਪਾਉਣੀਆਂ ਹੁੰਦਾ। ਤੁਸੀਂ ਅੱਜ ਵਿਦੇਸ਼ ਦੇ ਵਿੱਚ ਜਾਣਾ ਚਾਹੁੰਦੇ ਹੋ, ਤੁਸੀਂ ਆਪਣੀ ਫਾਈਲ ਪਹਿਲੀ ਵਾਰੀ ਅਪਲਾਈ ਕਰ ਰਹੇ ਹੋ, ਤੁਸੀਂ ਆਪਣਾ ਫਾਰਮ ਭਰ ਕੇ ਇਮੀਗ੍ਰੇਸ਼ਨ ਨੂੰ ਜਮ੍ਹਾਂ ਕਰਾਇਆ, ਇਟ ਇਜ਼ ਯੂਅਰ ਫਸਟ ਐਪਲੀਕੇਸ਼ਨ। ਜਦੋਂ ਅਸੀਂ ਆਪਦੀ ਗੱਲ ਕਰਦੇ ਹਾਂ ਸਾਡੇ ਲਈ ਹਰ ਰੋਜ਼ ਇੱਕ ਚੈਲੇਂਜ ਹੁੰਦਾ। ਅਸੀਂ ਹਜ਼ਾਰਾਂ ਲੱਖਾਂ ਫਾਈਲਾਂ ਲੌਂਚ ਕਰ ਚੁੱਕੇ ਹਾਂ, ਅਸੀਂ ਹਜ਼ਾਰਾਂ ਬੱਚਿਆਂ ਨੂੰ ਭੇਜ ਚੁੱਕੇ ਹਾਂ। ਸਾਡੇ ਕੋਲ 10,000 ਤੋਂ ਵੱਧ ਬੱਚੇ ਬਾਹਰ ਭੇਜਣ ਦਾ ਤਜਰਬਾ ਵਾ। ਜਿਹੜੀ ਗਲਤੀ ਅੱਜ ਤੁਸੀਂ ਪਹਿਲੀ ਵਾਰੀ ਆਪਣਾ ਫਾਰਮ ਭਰਨ ਲੱਗਿਆਂ ਕਰ ਰਹੇ ਹੋ, ਸਾਡੇ ਕੋਲ ਉਹ ਚਾਂਸ ਬਹੁਤ ਘੱਟ ਹੁੰਦੇ ਆ ਕਿ ਇੱਦਾਂ ਦੀ ਗਲਤੀ ਹੋਵੇ। ਇਸ ਕਰਕੇ ਜਦੋਂ ਵੀ ਤੁਸੀਂ ਆਪਦਾ ਕੋਈ ਕੰਮ ਕਰਾਉਣਾ, ਕਿਸੇ ਪ੍ਰੋਫੈਸ਼ਨਲ ਨੂੰ ਹਾਇਰ ਕੀਤਾ ਜਾਏ ਤਾਂ ਜੋ ਤੁਸੀਂ ਆਪਣੀਆਂ ਮੰਜ਼ਿਲਾਂ ਤੱਕ ਪਹੁੰਚ ਪਾਓ। ਅੱਜ ਬੱਚੇ ਪਰੇਸ਼ਾਨ ਨੇ ਕਿ 6E ਤੇ ਵੀਜ਼ਾ ਮਿਲੇਗਾ ਜਾਂ 6E ਤੋਂ ਬਿਨਾਂ ਮਿਲੇਗਾ, SDS 'ਚ ਲੱਗੇਗੀ ਫਾਈਲ ਜਾਂ ਜਨਰਲ 'ਚ ਲੱਗੇਗੀ, ਵਰਕ ਪਰਮਿਟ ਵਾਲਾ ਕਾਲਜ ਮਿਲੇਗਾ ਜਾਂ ਨਹੀਂ ਮਿਲੇਗਾ। ਇਹਨਾਂ ਚੱਕਰਾਂ ਦੇ ਵਿੱਚ ਹੀ ਬੱਚਾ ਅੱਜ ਖਰਾਬ ਹੋ ਰਿਹਾ ਵਾ। ਸਭ ਤੋਂ ਪਹਿਲਾਂ ਮੈਂ ਡਿਸਕਸ ਕਰਾਂਗਾ ਜਿਹੜੀ ਸਾਡੀ 5 ਲੱਖ ਰੁਪਏ ਵਾਲੀ ਔਫਰ ਸੀਗੀ। ਅਸੀਂ ਜਦੋਂ ਬੱਚਿਆਂ ਨੂੰ ਘੱਟ ਪੈਸੇ ਨਾਲ ਭੇਜਣ ਦੀ ਸ਼ੁਰੂਆਤ ਕੀਤੀ ਗਈ ਤੇ ਸਾਡੇ ਤੇ ਇਲਜ਼ਾਮ ਲੱਗੇ ਕਿ ਪ੍ਰਾਈਵੇਟ ਕਾਲਜਾਂ 'ਚ ਭੇਜਦੇ ਨੇ। ਬਹੁਤ ਸਾਰੇ ਲੋਕਾਂ ਨੇ ਅਪਲਾਈ ਕੀਤਾ ਸਾਡੇ ਕੋਲ, ਸਾਡੇ ਕੋਲ ਬਹੁਤ ਸਾਰੇ ਇੱਦਾਂ ਦੇ ਸਟੂਡੈਂਟ ਆ ਜਿਨ੍ਹਾਂ ਦੇ ਵੀਜ਼ੇ ਵੀ ਆ ਗਏ 5 ਲੱਖ ਰੁਪਏ ਦੇ ਵਿੱਚ। ਬੜੀ ਜਲਦੀ ਉਹਨਾਂ ਸਟੂਡੈਂਟ ਨਾਲ ਵੀ ਤੁਹਾਨੂੰ ਮਿਲਾਵਾਂਗੇ। ਪਹਿਲਾਂ ਤਾਂ ਇਹ ਦੱਸ ਦਵਾਂ ਕਿ 5 ਲੱਖ ਰੁਪਏ ਵਾਲੀ ਔਫਰ ਅਸੀਂ ਕੰਟੀਨਿਊ ਕਰ ਰਹੇ ਹਾਂ ਸਾਲ 2020 ਵਾਸਤੇ। ਸਾਡਾ 2020 ਦਾ ਰੈਜੋਲਿਊਸ਼ਨ ਸੀਗਾ ਕਿ ਅਸੀਂ 5,000 ਬੱਚਿਆਂ ਨੂੰ ਭੇਜਾਂਗੇ ਔਰ ਬੱਚਿਆਂ ਦੇ ਵੀਜ਼ੇ ਲਵਾਵਾਂਗੇ। ਜਦੋਂ ਇੱਕ ਵੀਜ਼ਾ ਲੱਗਦਾ ਵੈ, ਮੇਰੇ ਹਿਸਾਬ ਨਾਲ ਤਾਂ ਉਹ ਇੱਕ ਪਰਿਵਾਰ ਦੇ ਵਿੱਚ ਇੱਕ ਬੂਟਾ ਲੱਗਦਾ ਵੈ। ਅੱਜ ਦੇ ਸਮੇਂ ਦੇ ਵਿੱਚ ਰੋਜ਼ਗਾਰ ਇੱਕ ਬਹੁਤ ਵੱਡੀ ਸਮੱਸਿਆ ਬਣਿਆ ਹੋਇਆ। ਇੰਪਲੋਇਮੈਂਟ ਨਹੀਂ ਹੈਗੀ ਆ, ਇੰਪਲੋਇਮੈਂਟ ਓਪਰਚੁਨਿਟੀਜ਼ ਘੱਟ ਨੇ, ਆਬਾਦੀ ਬਹੁਤ ਜ਼ਿਆਦਾ ਸਾਡੇ ਕੋਲ, ਜਿਹਦੇ ਕਰਕੇ ਲੋਕ ਵਿਦੇਸ਼ ਜਾ ਰਹੇ ਨੇ। ਅਤੇ ਵਿਦੇਸ਼ ਜਾਣ ਵਾਸਤੇ ਸਭ ਤੋਂ ਪਹਿਲਾਂ ਜ਼ਰੂਰੀ ਹੈ ਕਿ ਤੁਹਾਡਾ ਵੀਜ਼ਾ ਲੱਗੇ, ਅਤੇ ਜਦੋਂ ਵੀਜ਼ਾ ਹੀ ਨਹੀਂ ਲੱਗਣਾ ਤਾਂ ਤੁਹਾਨੂੰ ਕੰਮ ਕਰਨ ਦਾ, ਤੁਹਾਨੂੰ ਅਪਲਾਈ ਕਰਨ ਦਾ ਕੋਈ ਫਾਇਦਾ ਨਹੀਂ। ਐਜ਼ ਏ ਐਜੂਕੇਸ਼ਨ ਏਜੰਟ ਜੋ ਸਾਡਾ ਕਾਰੋਬਾਰ ਹੈ, ਸਾਡਾ ਕਾਰੋਬਾਰ ਵੀ ਵੀਜ਼ੇ 'ਤੇ ਬੇਸਡ ਹੈ। ਜੇ ਮੈਂ ਤੁਹਾਡਾ ਵੀਜ਼ਾ ਨਹੀਂ ਲਵਾ ਸਕਦਾ ਤਾਂ ਮੈਨੂੰ ਤੁਹਾਡੀ ਫਾਈਲ ਲੈਣ ਦਾ ਕੋਈ ਹੱਕ ਨਹੀਂ ਹੈਗਾ। ਮੈਨੂੰ ਤੁਸੀਂ 10-20 ਹਜ਼ਾਰ ਰੁਪਇਆ ਜੇਕਰ ਅਪਲਾਈ ਕਰਨ ਦਾ ਦੇ ਰਹੇ ਹੋ, ਮੈਂ ਉਸ ਪੈਸੇ ਦਾ ਹੱਕਦਾਰ ਨਹੀਂ ਹੈਗਾ ਕਿਉਂਕਿ ਮੈਂ ਤੁਹਾਡਾ ਵੀਜ਼ਾ ਨਹੀਂ ਲਵਾ ਪਾਇਆ। ਇਹ ਮੇਰੀ ਆਪਣੀ ਸੋਚ ਹੈ। ਅੱਜ ਜੇਕਰ ਕੋਈ ਰਿਕਸ਼ੇ ਵਾਲਾ ਵੀ ਤੁਹਾਨੂੰ ਘਰ ਤੱਕ ਲਾ ਕੇ ਜਾਂਦਾ ਤਾਂ ਜਦੋਂ ਤੱਕ ਉਸ ਮੰਜ਼ਿਲ 'ਤੇ ਨਹੀਂ ਪਹੁੰਚਾ ਦਿੰਦਾ ਉਦੋਂ ਤੱਕ ਪੈਸੇ ਨਹੀਂ ਲੈਂਦਾ। ਅਸੀਂ ਵੀ ਉਸ ਥਿਊਰੀ 'ਤੇ ਚੱਲਦੇ ਹਾਂ ਕਿ ਪੈਸਿਆਂ ਨੂੰ ਹੱਥ ਨਹੀਂ ਲਾਉਣਾ, ਪੈਸੇ ਉਦੋਂ ਲੈਣੇ ਜਦੋਂ ਵੀਜ਼ਾ ਲੱਗੇ। ਅੱਜ ਲੋਕ ਠੱਗੀ ਤੋਂ ਬਚਣਾ ਚਾਹੁੰਦੇ ਨੇ, ਲੋਕ ਘੱਟ ਪੈਸਿਆਂ ਨਾਲ ਬਾਹਰ ਜਾਣਾ ਚਾਹੁੰਦੇ ਨੇ। ਕਈ ਤਰ੍ਹਾਂ ਦੀਆਂ ਪ੍ਰੋਬਲਮਸ ਹੈ। ਇੱਕ ਬੱਚਾ ਜਦੋਂ ਵਿਦੇਸ਼ ਜਾਣਾ ਹੁੰਦਾ ਬਹੁਤ ਸਾਰੀਆਂ ਮੁਸੀਬਤਾਂ 'ਚੋਂ ਨਿਕਲਦਾ। 1,50,000, 2,00,000 ਰੁਪਏ ਲੱਗ ਜਾਂਦਾ ਬੱਚੇ ਨੂੰ ਆਇਲਸ ਕਰਨ।